ਗੁਰਦਾਸਪੁਰ ਜ਼ਿਲ੍ਹੇ ਦੀ ਸਾਰੀ ਟੀਮ ਦਾ, ਸਾਡੇ ਐਮ ਐਲ ਏ ਸਾਹਿਬਾਨ, ਸਾਡੇ ਲੋਕ ਸਭਾ ਇੰਚਾਰਜ, ਸਾਡੇ ਹਲਕਿਆਂ ਦੇ ਇੰਚਾਰਜ, ਸਰਦਾਰ ਭਗਵੰਤ ਸਿੰਘ ਮਾਨ ਦੀ ਜਨਮ ਦਿਹਾੜੀ ਦੀ ਅੱਜ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੀ ਟੀਮ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਖੂਨ ਦੇ ਕੈਂਪ ਦੇ ਵਿੱਚ ਹਾਜ਼ਰੀ ਲਵਾਈ ਹੈ। ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੂਰੀ ਵਿਧਾਨ ਸਭਾ ਦੇ ਵਿੱਚ ਇੱਕ ਮੈਸੇਜ ਸੀ ਕਿ ਅੱਜ ਜਨਮ ਦਿਹਾੜੇ ਦੀ ਕੋਈ ਅਲੱਗ ਕੀਤਾ ਜਾਵੇ, ਜੋ ਲੋਕਾਂ ਦੀ ਕਈ ਲੋਕਾਂ ਦੀ ਮੈਂ ਦੇਖਦੇ ਹਾਂ ਜ਼ਰੂਰਤਾਂ ਦੀ ਖੂਨ ਦੀ ਕਾਫੀ ਜ਼ਰੂਰਤ ਹੁੰਦੀ ਹੈ। ਉਹਨਾਂ ਦੀ ਜ਼ਰੂਰਤਾਂ ਨੂੰ ਐਮ ਐਲ ਏ ਸਾਹਿਬ ਨੇ ਵੀ ਦੱਸਿਆ ਵੀ ਕਈਆਂ ਦੀ ਜਾਨ ਬਚ ਜਾਂਦੀ ਹੈ। ਬਹੁਤ ਵੱਡੀ ਮਿਸਾਲ ਮਾਨ ਸਾਹਿਬ ਨੇ ਅੱਜ ਕੀ ਪੈਦਾ ਕੀਤੀ ਔਰ ਲੋਕਾਂ ਦੇ ਵਿੱਚ ਜੋ ਮੈਨੂੰ ਅੱਜ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿ ਤਕਰੀਬਨ 700 ਦੇ ਕਰੀਬ ਲੋਕਾਂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹਰ ਇੱਕ ਹਲਕੇ ਦੇ ਵਿੱਚ ਤਕਰੀਬਨ 100 ਤੋਂ ਪਲੱਸ ਲੋਕਾਂ ਨੇ ਫੋਨ 'ਤੇ ਐਂਟਰੀਆਂ ਕਰਵਾਈਆਂ ਔਰ ਫੋਨ 'ਤੇ ਕਾਲ 'ਤੇ ਨਾਮ ਲਿਖਵਾਏ ਨੇ ਆਪਣੇ। ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਸਤਿਕਾਰਯੋਗ ਸੀ ਐਮ ਸਾਹਿਬ ਦੇ ਜਨਮ ਦਿਨ 'ਤੇ ਐਡਾ ਵੱਡਾ ਇੱਕ ਜ਼ਿਲ੍ਹੇ ਦੇ ਵਿੱਚ, ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ, ਨਾਲ ਦੇ ਦੂਸਰਿਆਂ ਦੇ ਵਿੱਚ ਵੀ ਜਿੱਥੇ ਤੱਕ ਮੈਂ ਸਕਦਾ ਦੂਸਰਿਆਂ ਜ਼ਿਲ੍ਹਿਆਂ ਦੇ ਵਿੱਚ ਵੀ ਬਹੁਤ ਭਾਰੀ ਗਿਣਤੀ ਦੇ ਵਿੱਚ ਸਾਡੀ ਸੰਗਤ ਜੋ ਖੂਨ ਦੀ ਅਰਵਾਜ ਕੇ ਹਥਿਆਰ ਬੈਠੀ ਹੋਈ। ਮੈਂ ਧੰਨਵਾਦ ਕਰਦਾ ਪਰਮਾਤਮਾ ਦਾ, ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਦਾ, ਧੰਨਵਾਦ ਕਰਦਾ ਪੂਰੇ ਪੰਜਾਬ ਦੀ ਸੰਗਤ ਦਾ ਕਿ ਜੋ ਸਰਦਾਰ ਭਗਵੰਤ ਸਿੰਘ ਮਾਨ ਨੂੰ ਔਰ ਸਾਡੇ ਜੋ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਅੱਜ ਕਿਸੇ ਵੀ ਵਕਤ ਖੂਨ ਦੀ ਬਲੱਡ ਦੀ ਲੋੜ ਪੈ ਸਕਦੀ, ਜੋ ਸਾਡੇ ਗਰੀਬ ਪਰਿਵਾਰਾਂ ਨੂੰ ਅੱਜ ਪਾ ਦੇ ਸਕਦੇ ਹਰੀ ਗਿਣਤੀ ਦੇ ਵਿੱਚ ਖੂਨ ਦੀ ਅੱਜ ਤਿਆਰ। ਸਾਡੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦੇ ਜਨਮ ਦਿਨ 'ਤੇ ਸਾਨੂੰ ਸੱਦਾ ਮਿਲਿਆ ਸੀਗਾ ਕਿ ਅਸੀਂ ਬਲੱਡ ਕੈਂਪ ਇੱਕ ਲਗਾਈ ਹੈ। ਸਾਡੀ ਟੀਮ ਜਿਹੜੀ ਸਿਵਲ ਹਸਪਤਾਲ ਬਟਾਲਾ ਦੀ ਪੂਰੀ ਟੀਮ ਅਸੀਂ ਇੱਥੇ ਮੌਜੂਦ ਹਾਂ। ਮੈਂ ਆਪਣੀ ਟੀਮ ਨੂੰ ਨਾਲ ਲੈ ਕੇ ਆਇਆ ਸੀ, ਅਸੀਂ ਸਵੇਰ ਦੇ ਇੱਥੇ ਸਾਰੇ ਪ੍ਰਬੰਧਾਂ ਦਾ ਸਾਰਾ ਇੰਤਜ਼ਾਮ ਕੀਤਾ ਸੀਗਾ। ਅਤੇ ਸਾਡੀ ਜਿਹੜੀ ਸਾਡਾ ਟੀਚਾ ਤਕਰੀਬਨ 100 ਬਲੱਡ ਯੂਨਿਟ ਲੈਣ ਦਾ ਹੈਗਾ, ਹੁਣ ਤੱਕ 60 ਦੇ ਆਸ ਪਾਸ ਯੂਨਿਟ ਹੋ ਚੁੱਕੇ ਨੇ। ਲੱਗਦਾ ਕਿ ਜੋਸ਼ ਬਹੁਤ ਜ਼ਿਆਦਾ ਪਰ ਸਾਡੀ ਜਿਹੜੀ ਕਪੈਸਿਟੀ ਉਹ ਅਸੀਂ 100 ਤੱਕ ਲੈ ਕੇ ਜਾਵਾਂਗੇ। ਇੱਕ ਇਸ ਤਰ੍ਹਾਂ ਦਾ ਬਲੱਡ ਜਿਹੜਾ ਡੋਨੇਸ਼ਨ ਕੈਂਪ ਹੈ ਉਹ ਗੁਰਦਾਸਪੁਰ ਜ਼ਿਲ੍ਹੇ 'ਚ ਲੱਗਾ, ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ, ਬੜਾ ਅੱਛਾ ਉਪਰਾਲਾ। ਔਰ ਮੈਂ ਹੁਣੇ ਜਿਹੜੇ ਦੂਸਰੇ ਹਲਕਾ ਵਿਧਾਇਕ ਨੇ ਉਹਨਾਂ ਨਾਲ ਵੀ ਗੱਲ ਕਰ ਰਿਹਾ ਸੀਗਾ, ਅਸੀਂ ਮਹੀਨੇ ਦੇ ਵਿੱਚ ਅਸੀਂ ਇੱਕ ਅੱਧਾ ਹੋਰ ਬਲੱਡ ਕੈਂਪ ਇਸ ਵੇਲੇ ਲਗਾਵਾਂਗੇ। ਜਿੰਨਾ ਵਰਕਰਾਂ 'ਚ ਪਾਰਟੀ ਦੇ ਨਾਲ ਵਰਕਰਾਂ 'ਚ ਉਤਸ਼ਾਹ ਹੈਗਾ, ਪਬਲਿਕ 'ਚ ਉਤਸ਼ਾਹ ਹੈਗਾ, ਸਾਡੇ ਕੋਲ ਬਹੁਤ ਜ਼ਿਆਦਾ ਲੋਕ ਆ ਰਹੇ ਨੇ, ਪੁੱਛ ਰਹੇ ਨੇ ਇਸ ਬਲੱਡ ਕੈਂਪ ਬਾਰੇ, ਬਲੱਡ ਜਿਹੜਾ ਖੂਨਦਾਨ ਕਰਨ ਬਾਰੇ ਪੁੱਛ ਰਹੇ ਨੇ ਸਾਡੇ ਕੋਲ ਆ ਕੇ। ਅਤੇ ਅਸੀਂ ਇਹੀ ਉਮੀਦ ਰੱਖਾਂਗੇ ਕਿ ਇਸ ਤਰ੍ਹਾਂ ਹੋਰ ਬਲੱਡ ਜਿਹੜੇ ਕੈਂਪ ਨੇ ਉਹ ਚੱਲਦੇ ਰਹਿਣਗੇ। ਕੋਸ਼ਿਸ਼ ਇਹੀ ਕਰਾਂਗੇ ਕਿ ਮਹੀਨੇ ਦੇ ਆਸ ਪਾਸ ਅਸੀਂ ਇੱਕ ਹੋਰ ਬਲੱਡ ਕੈਂਪ ਨਹੀਂ। ਪੈਸੇ ਜਿਹੜਾ ਸਿਵਲ ਹਸਪਤਾਲ ਜੋ ਪੇਸ਼ੈਂਟ ਸਾਡਾ ਦਾਖਲ ਹੁੰਦਾ ਸਾਡਾ ਆਪਣਾ ਪੇਸ਼ੈਂਟ ਉਹਦਾ ਕੋਈ ਪੈਸਾ ਨਹੀਂ ਹੁੰਦਾ, ਜ਼ੀਰੋ ਹੈ। ਬਾਕੀ ਜਿਹੜਾ ਬਾਹਰ ਦੇ ਪ੍ਰਾਈਵੇਟ ਹੋਸਪਿਟਲ ਤੋਂ ਕੋਈ ਸਾਡੇ 'ਚ ਬਲੱਡ ਲੈਣ ਆਉਂਦਾ ਉਹਦੇ ਚਾਰਜਸ ਹੁੰਦੇ, ਉਹ ਸਰਕਾਰੀ ਚਾਰਜ ਹਨ, ਉਹਦੀ 1000 ਰੁਪਏ ਦੀ ਪਰਚੀ ਫੀਸ ਕੱਟਦੀ, ਫੀਸ ਜੋ ਪਰਚੀ ਕੱਟੀ ਜਾਂਦੀ ਹੈ ਫਿਰ ਉਹਨੂੰ ਬਲੱਡ ਦਿੱਤਾ ਜਾਂਦਾ, ਉਹ ਸਰਕਾਰੀ ਫੀਸ ਹੁੰਦੀ ਹੈ ਉਹ 'ਚ। ਬਾਕੀ ਜਿਹੜੇ ਕੋਈ ਕਾਰਡ ਵਾਲਾ, ਆਯੁਸ਼ਮਾਨ ਕਾਰਡ ਵਾਲਾ, ਉਹਨਾਂ ਦਾ ਦੂਸਰਾ ਹੈ ਕਿ ਉਹਨਾਂ ਦਾ ਫ੍ਰੀ ਹੋਏਗਾ, ਪਰ ਜਿਹੜੇ ਪ੍ਰਾਈਵੇਟ ਹੋਸਪਿਟਲ 'ਤੇ ਜਾਏਗਾ ਇਹ ਸਰਕਾਰੀ ਫੀਸ ਹੁੰਦੀ ਹੈ ਦੇਣੀ। ਅੱਜ ਬੜੀ ਖੁਸ਼ੀ ਦੀ ਗੱਲ ਹੈ, ਜਿਹੜਾ ਅੱਜ ਦਾ ਦਿਨ ਹੈ ਸਾਡੇ ਪੰਜਾਬ ਦੇ ਲੀਡਰ ਜੀ ਦਾ, ਸਰਦਾਰ ਭਗਵੰਤ ਮਾਨ ਜੀ ਦਾ ਜਨਮ ਦਿਨ, ਔਰ ਉਹਨਾਂ ਦੇ ਜਨਮ ਦਿਨ 'ਤੇ ਜਿਹੜਾ ਜੋ ਵਲੰਟੀਅਰਾਂ ਵੱਲੋਂ ਉਤਸ਼ਾਹ ਦੇਖਿਆ ਜਾ ਰਿਹਾ, ਮੈਂ ਦੱਸਣਾ ਚਾਹੁੰਦਾ ਵੀ ਸਾਰੇ ਮਾਝੇ ਦੇ ਵਿੱਚ, ਕਿਉਂਕਿ ਮੇਰੀ ਹਰ ਇੱਕ ਏਰੀਏ ਦੇ ਵਿੱਚੋਂ ਮੈਂ ਫੀਡਬੈਕ ਲੈ ਰਿਹਾ, ਪਠਾਨਕੋਟ ਹੋ ਗਿਆ, ਗੁਰਦਾਸਪੁਰ ਹੋ ਗਿਆ, ਬਟਾਲਾ ਹੋ ਗਿਆ, ਅੰਮ੍ਰਿਤਸਰ ਹੋ ਗਿਆ, ਤਰਨ ਤਾਰਨ ਵਾਲੀ ਸਾਈਡ ਹੋ ਗਿਆ। ਸੋ ਲੋਕ ਜਦੋਂ ਪਤਾ ਲੱਗਾ ਵੀ ਵਰਕਰਾਂ ਨੇ ਸਲਾਹ ਕੀਤੀ ਵੀ ਸੀ ਐਮ ਸਾਹਿਬ ਦੇ ਜਨਮ ਦਿਨ 'ਤੇ ਅਸੀਂ ਜਿਹੜਾ ਖੂਨਦਾਨ ਕਰਾਂਗੇ, ਸੋ ਬੜਾ ਵੱਡਾ ਉਪਰਾਲਾ ਹੈ। ਮੈਂ ਧੰਨਵਾਦ ਕਰਦਾ ਸਾਰੇ ਪਾਰਟੀ ਵਲੰਟੀਅਰਾਂ ਦਾ ਜਿਨ੍ਹਾਂ ਨੇ ਇਸ ਦਿਨ ਐਡਾ ਵੱਡਾ ਯੋਗਦਾਨ ਜਿਹੜਾ ਇਹ ਪਾਇਆ ਹੈ, ਕਿਉਂਕਿ ਅਕਸਰ ਦੇਖਦੇ ਹਾਂ ਆਪਾਂ, ਅਕਸਰ ਵੇਖਿਆ ਹੁੰਦਾ ਹੈ, ਪਰ ਜਿੰਨੇ ਵੀ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਫੈਸਲੇ ਜਿਹੜੇ ਰਹੇ ਨੇ ਉਹ ਲੋਕਾਂ ਦੀ ਹਿੱਤ ਲਈ ਰਹੇ ਨੇ, ਭਾਵੇਂ ਕੋਈ ਵੀ ਕਦਮ ਉਹਨਾਂ ਨੇ ਚੱਲਿਆ ਉਹ ਲੋਕ ਹਿੱਤ ਲਈ ਜਿਹੜਾ ਬੈਸਟ ਹੋਇਆ। ਸੋ ਅੱਜ ਬਟਾਲੇ ਵਿਖੇ ਰੌਣਕਾਂ ਲੱਗੀਆਂ ਨੇ ਜੀ, ਪੋਸਟਾਂ ਪਾਉਣ ਦੀ ਸੀ, ਪੋਸਟਾਂ ਹੀ ਪਾਈਆਂ ਨੇ ਹਾਲੇ, ਅਤੇ ਮੇਰੇ ਹਿਸਾਬ ਨਾਲ ਜਿੰਨੇ ਕੁ ਜਿਹਨਾਂ ਡਾਕਟਰਾਂ ਨੂੰ ਚਾਹੀਦੇ ਸੀ ਉਹ ਮੇਰੇ ਹਿਸਾਬ ਨਾਲ ਹੁਣ ਸਾਡਾ 5 ਵਜੇ ਤੱਕ ਚੱਲਣਾ ਸੀ ਕੰਮ, ਉਹ ਸਿਰਫ ਅਤੇ ਸਿਰਫ ਸਮਝ ਲਓ ਵੀ 12 ਵਜੇ ਤੋਂ ਪਹਿਲਾਂ ਹੀ ਟਾਰਗੇਟ ਸਾਡਾ ਪੂਰਾ ਹੋ ਗਿਆ, ਜੋ ਕਹਿੰਦੇ ਡਾਕਟਰ ਸਾਹਿਬ ਕਹਿ ਰਹੇ ਹੁਣ ਸਾਡੇ ਕੋਲ ਜਿੰਨਾ ਕੁ ਲੈਣਾ ਚਾਹੁੰਦੇ ਹਾਂ ਖੂਨ ਉਹ ਸਾਡਾ ਕੰਪਨੀ ਹੋਵੇਗਾ। ਸੋ ਇਹ ਵਰਕਰਾਂ ਦੀ ਇੱਕ ਮੈਂ ਕਹਿ ਸਕਦਾ ਬੜੀ ਤਗੜੀ ਹਿੰਮਤ ਹੈ, ਉਪਰਾਲਾ ਹੈ ਜਿਹੜਾ ਉਹ ਕਰ ਰਹੇ ਨੇ। ਔਰ ਮੈਂ ਸੀ ਐਮ ਸਾਹਿਬ ਨੂੰ ਬਤੌਰ ਇੱਕ ਆਮ ਆਦਮੀ ਪਾਰਟੀ ਦੇ ਸਿਪਾਹੀ ਹੋਣ ਦੇ ਨਾਤੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਪਰਮਾਤਮਾ ਹੋਰ ਵੀ ਆਉਣ ਵਾਲੇ ਸਮੇਂ ਦੇ ਮਨ ਨੂੰ ਚਰਚੀ ਕਰਨ ਦੀ ਸਦਾ ਤਰੱਕੀ ਚਾਹੀਦੀ।